ਸਾਨੂੰ ਹਰਿਆਣਾ ਬਾਰਡਰ, ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕੇਂਦਰ ਸਰਕਾਰ ਇਸ ਵੇਲੇ ਸਾਡੇ ਉੱਤੇ ਡਟ ਕੇ ਜ਼ੁਲਮ ਕਰਨ ਡਈ ਹੈ। ਜਿਹੜਾ ਵੀ ਕਿਸਾਨੀ ਮੋਰਚੇ ਦੀ ਆਵਾਜ਼ ਉਠਾਊਗਾ, ਕੇਂਦਰ ਸਰਕਾਰ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਨੇ ਬਾਨੇ ਪਰਚਾ ਪਾ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਆ। ਨਾਮ ਆਪਣਾ ਹੈਗਾ ਜੀ ਗੁਰਭੇਤ ਸਿੰਘ ਸੋਨੂ ਮਾਲ, ਕਿਸਾਨ ਸੰਘਰਸ਼ ਕਮੇਟੀ ਸੂਬਾਈ ਆਗੂ। ਵੇਖੋ ਜੀ, ਸਾਨੂੰ ਪੁਤਲਾ ਸਾੜਨ ਨੂੰ ਕੇਂਦਰ ਸਰਕਾਰ ਨੇ ਮਜਬੂਰ ਕੀਤਾ ਵਾ, ਜੋ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਹਾਂ। ਅਸੀਂ ਦਿੱਲੀ ਜਾ ਰਹੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ। ਸਾਨੂੰ ਹਰਿਆਣਾ ਬਾਰਡਰ, ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਆਉਣ ਵਾਲੀ ਰਣਨੀਤੀ ਕੀ ਆ ਕੇਂਦਰ ਸਰਕਾਰ ਦੀ? ਕੇਂਦਰ ਸਰਕਾਰ ਇਸ ਵੇਲੇ ਸਾਡੇ ਉੱਤੇ ਡਟ ਕੇ ਜ਼ੁਲਮ ਕਰਨ ਡਈ ਆ। ਜੇ ਕੋਈ ਸੰਘਰਸ਼ ਕਰ ਲਈ, ਫਿਰ ਚੁੱਕਦਾ ਕਦਮ ਚੁੱਕਦਾ ਉਸ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ। ਅੱਜ ਸਾਡੇ ਕਿਸਾਨ ਵੱਖ ਵੱਖ ਥਾਵਾਂ ਦੇ ਉੱਤੇ, ਹਰਿਆਣੇ ਦੇ ਵਿੱਚ ਜੋ ਜਥੇਬੰਦੀਆਂ ਸਾਡੇ ਨਾਲ ਸੰਘਰਸ਼ ਦੇ ਵਿੱਚ ਜਾਰੀ ਆ, ਸੰਘਰਸ਼ ਕਰਨ ਡਈਆਂ ਆ, ਉਹਨਾਂ ਨੂੰ ਚੁੱਕਿਆ ਗਿਆ। ਸਾਡਾ ਵੀਰ ਇੱਕ ਨਵਦੀਪ ਬਾਰਡਰ ਕੈਨਰ ਵਾਲਾ, ਉਹਨੂੰ ਵੀ ਚੁੱਕਿਆ ਗਿਆ। ਜਿਹੜਾ ਵੀ ਕਿਸਾਨੀ ਮੋਰਚੇ ਦੀ ਆਵਾਜ਼ ਉਠਾਊਗਾ, ਕੇਂਦਰ ਸਰਕਾਰ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਨੇ ਬਾਨੇ ਪਰਚਾ ਪਾ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਆ। ਤੇ ਅਸੀਂ ਉਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਹਾਂ ਜੋ ਅੱਜ ਕੇਂਦਰ ਸਰਕਾਰ ਦਾ ਅਸੀਂ ਪੁਤਲੇ ਅਰਥੀ ਫੂਕ ਮੁਜ਼ਾਹਰੇ ਜਿਹੜੇ ਆ ਉਹ ਪੂਰੇ ਭਾਰਤ ਪੱਧਰ ਦੇ ਵਿੱਚ ਕੀਤੇ ਆ। ਸਾਨੂੰ ਹਰਿਆਣਾ ਬਾਰਡਰ, ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕੇਂਦਰ ਸਰਕਾਰ ਇਸ ਵੇਲੇ ਸਾਡੇ ਉੱਤੇ ਡਟ ਕੇ ਜ਼ੁਲਮ ਕਰਨ ਡਈ ਹੈ। ਜਿਹੜਾ ਵੀ ਕਿਸਾਨੀ ਮੋਰਚੇ ਦੀ ਆਵਾਜ਼ ਉਠਾਊਗਾ, ਕੇਂਦਰ ਸਰਕਾਰ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਨੇ ਬਾਨੇ ਪਰਚਾ ਪਾ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਆ। ਨਾਮ ਆਪਣਾ ਹੈਗਾ ਜੀ ਗੁਰਭੇਤ ਸਿੰਘ ਸੋਨੂ ਮਾਲ, ਕਿਸਾਨ ਸੰਘਰਸ਼ ਕਮੇਟੀ ਸੂਬਾਈ ਆਗੂ। ਵੇਖੋ ਜੀ, ਸਾਨੂੰ ਪੁਤਲਾ ਸਾੜਨ ਨੂੰ ਕੇਂਦਰ ਸਰਕਾਰ ਨੇ ਮਜਬੂਰ ਕੀਤਾ ਵਾ, ਜੋ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਹਾਂ। ਅਸੀਂ ਦਿੱਲੀ ਜਾ ਰਹੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ। ਸਾਨੂੰ ਹਰਿਆਣਾ ਬਾਰਡਰ, ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਆਉਣ ਵਾਲੀ ਰਣਨੀਤੀ ਕੀ ਆ ਕੇਂਦਰ ਸਰਕਾਰ ਦੀ? ਕੇਂਦਰ ਸਰਕਾਰ ਇਸ ਵੇਲੇ ਸਾਡੇ ਉੱਤੇ ਡਟ ਕੇ ਜ਼ੁਲਮ ਕਰਨ ਡਈ ਆ। ਜੇ ਕੋਈ ਸੰਘਰਸ਼ ਕਰ ਲਈ, ਫਿਰ ਚੁੱਕਦਾ ਕਦਮ ਚੁੱਕਦਾ ਉਸ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ। ਅੱਜ ਸਾਡੇ ਕਿਸਾਨ ਵੱਖ ਵੱਖ ਥਾਵਾਂ ਦੇ ਉੱਤੇ, ਹਰਿਆਣੇ ਦੇ ਵਿੱਚ ਜੋ ਜਥੇਬੰਦੀਆਂ ਸਾਡੇ ਨਾਲ ਸੰਘਰਸ਼ ਦੇ ਵਿੱਚ ਜਾਰੀ ਆ, ਸੰਘਰਸ਼ ਕਰਨ ਡਈਆਂ ਆ, ਉਹਨਾਂ ਨੂੰ ਚੁੱਕਿਆ ਗਿਆ। ਸਾਡਾ ਵੀਰ ਇੱਕ ਨਵਦੀਪ ਬਾਰਡਰ ਕੈਨਰ ਵਾਲਾ, ਉਹਨੂੰ ਵੀ ਚੁੱਕਿਆ ਗਿਆ। ਜਿਹੜਾ ਵੀ ਕਿਸਾਨੀ ਮੋਰਚੇ ਦੀ ਆਵਾਜ਼ ਉਠਾਊਗਾ, ਕੇਂਦਰ ਸਰਕਾਰ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਨੇ ਬਾਨੇ ਪਰਚਾ ਪਾ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਆ। ਤੇ ਅਸੀਂ ਉਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਹਾਂ ਜੋ ਅੱਜ ਕੇਂਦਰ ਸਰਕਾਰ ਦਾ ਅਸੀਂ ਪੁਤਲੇ ਅਰਥੀ ਫੂਕ ਮੁਜ਼ਾਹਰੇ ਜਿਹੜੇ ਆ ਉਹ ਪੂਰੇ ਭਾਰਤ ਪੱਧਰ ਦੇ ਵਿੱਚ ਕੀਤੇ ਆ।